ਰਹੀਮ ਅਸਲਾਮ ਵਾਲੇਕੁਮ ਜੀ, ਵੈਲਕਮ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਵਿੱਚ ਦੇਸੀ ਰੰਗ। ਮੈਂ ਵਿਸ਼ਕੇ ਸਰ, ਉਮੀਦ ਕਰਦੀ ਹਾਂ ਕਿ ਮੇਰੇ ਭੈਣ ਭਾਈ ਸਭ ਠੀਕ ਠਾਕ ਹੋਣਗੇ, ਅੱਲਾਹ ਦੇ ਕਰਮ ਅਤੇ ਫਜ਼ਲ ਨਾਲ ਜੀ ਅਲਹਮਦੁਲਿਲਾ। ਮੈਂ ਵੀ ਠੀਕ ਹਾਂ ਜੀ। ਅੱਜ ਆਏ ਹਾਂ ਇੱਥੇ ਦਰਿਆਏ ਸਤਲੁਜ ਤੇ, ਅਤੇ ਤੁਹਾਨੂੰ ਪਤਾ ਦਰਿਆ ਦੇ ਉੱਤੇ ਆਓ ਅਤੇ ਫਿਰ ਮਛਲੀ ਨਾ ਖਾਓ ਅਤੇ ਫਿਰ ਦਰਿਆ ਦੇ ਆਉਣ ਦਾ ਫਾਇਦਾ ਨਹੀਂ ਹੁੰਦਾ, ਦੂਰੇ ਹੀ ਕੰਮ ਹੋ ਜਾਂਦਾ ਵਾ। ਅਤੇ ਜੀ ਹੁਣ ਮਛਲੀ ਬਣਾ ਰਹੀ ਹੈਗੀ ਆ ਅਤੇ ਫਰਾਈ ਕਰਨ ਲੱਗੇ ਹਾਂ, ਅਤੇ ਭਾਈ ਕੋਲ ਪੁੱਛ ਲੈਂਦੇ ਕਿ ਮਛਲੀ ਜਿਹੜੀ ਕਰਾਰੀ ਅਤੇ ਇੰਨੀ ਮਜ਼ੇ ਦੀ ਜਿਹੜੀ ਬਣਦੀ ਆ ਅਤੇ ਕਿਹੜੇ ਕਿਹੜੇ ਮਸਾਲੇ ਬੜਾ ਉੱਚੀ ਬੋਲ ਭਾਈ। ਅਸਲਾਮ ਵਾਲੇਕੁਮ ਭਾਈ, ਤੁਹਾਡੀ ਮੱਛੀ ਬੜੀ ਮਜ਼ੇ ਦੀ ਅਤੇ ਬੜੀ ਟੇਸਟੀ ਹੁੰਦੀ ਵਾ, ਇਹ 'ਚ ਕਿਹੜੇ ਕਿਹੜੇ ਮਸਾਲੇ ਤੁਸੀਂ ਇਸਤੇਮਾਲ ਕਰਦੇ ਹੋ? ਮਸਾਲਿਆਂ ਦੇ ਇਸਕਾ ਨਾਮ ਹਮ ਲੈ ਨਹੀਂ ਸਕਦੇ, ਕਿਉਂ ਹੁਣ ਦੱਸਣਾ ਨਹੀਂ? ਬਾਹਰ ਸੇ ਮਸਾਲੇ ਮੰਗਾਤੇ ਹੈ, ਵੋ ਪਾਵਾ ਜੀ ਨਾ। ਉਹ ਕਹਿੰਦੇ ਨਾ ਹਰ ਕੋਈ ਆਪਣੀ ਰੈਸਪੀ ਦਾ ਜਿਹੜਾ ਨਾ ਰਾਜ਼ ਕੋਈ ਨਹੀਂ ਦੱਸਦਾ ਹੈਗਾ, ਕੀ ਕਹਿੰਦੇ ਹਰ ਬਾਈ ਹੈ ਸੰਡੇ ਆ, ਬਿਲਕੁਲ ਇਹਨਾਂ ਦੀ ਗੱਲ ਸੱਚੀ ਵੀ ਆਪਣੀ ਰੈਸਪੀ ਦੇ ਨਾਲ ਇਹ ਕੋਈ ਵੀ ਨਹੀਂ ਦੱਸਦਾ ਹੈਗਾ। ਇਹ ਮਸਾਲੇ ਲਗਾ ਕੇ ਕਹਿਣ ਦੇ ਬਾਅਦ ਭਾਈ ਹੁਣ ਮਸਾਲੇ ਪਾਉਣ ਲੱਗਾ, ਅਤੇ ਤੁਸੀਂ ਵੀ ਇੱਦਾਂ ਹੀ ਬਣਾਇਓ, ਬੜੀ ਟੇਸਟੀ ਬੜੀ ਮਜ਼ੇ ਦੀ ਬਣਦੀ ਹੈ, ਤੁਸੀਂ ਇੱਥੇ ਆ ਕੇ ਇੱਕ ਵਾਰੀ ਟਰਾਈ ਵੀ ਜ਼ਰੂਰ ਕਰਿਓ। ਗਰਮ ਮਸਾਲਾ ਜੀ ਪਾਉਣ ਡੇ ਸਾਰੇ ਮਸਾਲੇ ਹੁਣ ਤਾਂ ਮੱਛੀ ਵੀ ਵਧੀਆ ਲੱਗਦਾ, ਲਸਣ ਦਾ ਪਾਣੀ ਇਹ ਸਾਰੇ ਮਸਾਲੇ ਲਗਾ ਕੇ ਕਿੰਨੇ ਦੇਰ ਤੱਕ ਕਿੰਨੀ ਦੇਰ ਤੀਕਰ ਰੱਖਣਾ? 5 ਮਿੰਟ ਤੀਕਰ ਰੱਖਣਾ ਹੈ ਜੋ ਇਹ ਦੇਖੋ ਤੁਸੀਂ ਮੱਛੀ ਨੂੰ ਫਰਾਈ ਹੋਣ ਦੇ ਵਾਕਈ ਬਹੁਤ ਮਜ਼ੇ ਬਣੀ ਹੈ ਜੀ। ਇੱਦਾਂ ਤੁਸੀਂ ਵੀ ਜ਼ਰੂਰ ਬਣਾ ਕੇ ਇਹਨੂੰ ਮਸਾਲੇ ਇੱਦਾਂ ਹੀ ਲਾ ਕੇ ਬਣਾਇਓ, ਨਿੰਬੂ ਵਗੈਰਾ ਲਗਾ ਕੇ ਸਾਰੇ ਹੀ ਮਸਾਲੇ ਬਹੁਤ ਹੀ ਟੇਸਟੀ ਜੀ, ਰਾਇਤਾ ਵੀ ਬੜੇ ਜ਼ਬਰਦਸਤ ਆ, ਠੰਡਾ ਠੰਡਾ
ਅਤੇ ਉਮੀਦ ਕਰਦੀ ਹਾਂ ਕਿ ਅੱਜ ਦਾ ਵਲੋਗ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਹੋਊਗਾ। ਅਤੇ ਅਗਰ ਤੁਸੀਂ ਮੇਰੇ ਚੈਨਲ 'ਤੇ ਆਏ ਹੋ ਤਾਂ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ ਦੀ ਘੰਟੀ ਵਜਾਉਣਾ ਬਿਲਕੁਲ ਵੀ ਨਾ ਭੁੱਲਿਓ। ਉਦੋਂ ਇਹ ਫਾਇਦਾ ਹੋਏਗਾ ਕਿ ਜਦੋਂ ਮੈਂ ਵੀਡੀਓ ਅਪਲੋਡ ਕਰਾਂਗੀ ਤੁਹਾਡੇ ਤੱਕ ਪਹੁੰਚ ਜਾਏਗੀ ਜੀ। ਇਨਸ਼ਾਅੱਲਾ ਇਸ ਤੋਂ ਵੀ ਵਧੀਆ ਨੈਕਸਟ ਵੀਡੀਓ ਲੈ ਕੇ ਆਵਾਂਗੇ ਇਸੇ ਵੀਡੀਓ ਨਾਲ ਜੀ। ਅੱਲਾ ਹਾਫਿਜ਼।